ਮੇਰੇ ਪਿਆਰਿਓ, ਯੇਸੂ ਮਸੀਹ ਦੇ ਨਾਂ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਇਹ ਪਹਾੜੀ ਇਲਾਕਾ ਵੇਖਣ ਵਿੱਚ ਕਿੰਨਾ ਸੁੰਦਰ ਹੈ ਨਾ? ਅਮਰੀਕਾ ਦੇ 50 ਪ੍ਰਦੇਸ਼ ਹਨ ਅਤੇ ਉਹਨਾਂ 'ਚੋਂ ਵਾਸ਼ਿੰਗਟਨ ਵੀ ਇੱਕ ਪ੍ਰਦੇਸ਼ ਹੈ। ਇੱਕ ਵਾਸ਼ਿੰਗਟਨ DC ਵੀ ਹੈ, ਪਰ ਉਹ ਹੋਰ ਹੈ। ਉਹ ਅਮਰੀਕਾ ਦੀ ਰਾਜਧਾਨੀ ਹੈ, ਉਹ ਡਿਸਟ੍ਰਿਕਟ ਕੋਲੰਬੀਆ ਹੈ। ਲੇਕਿਨ ਇਹ ਵਾਸ਼ਿੰਗਟਨ ਹੋਰ ਹੈ। ਅਮਰੀਕਾ ਦੀਆਂ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਹਨ, ਉਹਨਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਕੇ ਰੱਖਿਆ ਹੈ। ਅਮਰੀਕਾ ਦੀ ਜੋ ਸੌਫਟਵੇਅਰ ਕੰਪਨੀ ਹੈ, ਜਿਸ ਨੂੰ ਮਾਈਕਰੋਸੌਫਟ ਕਹਿੰਦੇ ਹਨ, ਅਤੇ ਗੂਗਲ ਅਤੇ ਐਮਾਜ਼ੋਨ ਅਤੇ ਹਵਾਈ ਜਹਾਜ਼ ਬਣਾਉਣ ਦੀ ਜਗ੍ਹਾ ਵੀ ਇੱਥੇ ਹੈ। ਇੱਥੇ ਵੱਡੇ ਵੱਡੇ ਜਹਾਜ਼ ਬਣਾਏ ਜਾਂਦੇ ਹਨ। ਮੈਂ ਖੁਦ ਜਾ ਕੇ ਵੇਖਿਆ ਹੈ। ਇਸ ਤਰ੍ਹਾਂ ਇਹ ਇੱਕ ਬਹੁਤ ਖੁਸ਼ਹਾਲ ਅਤੇ ਸਭ ਬਰਕਤਾਂ ਨਾਲ ਭਰਪੂਰ ਪ੍ਰਦੇਸ਼ ਹੈ। ਇੱਥੇ ਜੋ ਸੇਬ ਉੱਗਦੇ ਹਨ, ਉਹਨਾਂ ਨੂੰ ਵਾਸ਼ਿੰਗਟਨ ਐਪਲ ਕਹਿੰਦੇ ਹਨ, ਅਤੇ ਉਹ ਦੁਨੀਆ ਭਰ 'ਚ ਪ੍ਰਸਿੱਧ ਹਨ। ਇਸੇ ਜਗ੍ਹਾ ਤੋਂ ਉਹ ਐਪਲ ਸਾਰੀ ਦੁਨੀਆ 'ਚ ਪਹੁੰਚਦਾ ਹੈ ਅਤੇ ਬਹੁਤ ਵਧੀਆ ਹੈ। ਇਸੇ ਵਾਸ਼ਿੰਗਟਨ ਸ਼ਹਿਰ ਦੇ ਇੱਕ ਹਿੱਸੇ ਵਿੱਚ ਸਥਿਤ ਪਹਾੜ ਤੋਂ ਮੈਂ ਤੁਹਾਨੂੰ ਪ੍ਰਚਾਰ ਕਰ ਰਿਹਾ ਹਾਂ, ਅਤੇ ਇਸ ਪਹਾੜ ਦਾ ਨਾਮ ਰੇਨੀਅਰ ਹੈ, ਅਤੇ ਇਸ ਦੀ ਉਚਾਈ 14,411 ਫੁੱਟ ਹੈ। ਅਤੇ ਇਹ ਜੋ ਪਹਾੜ ਹੈ, ਇਸ ਪਹਾੜ ਦੇ ਉੱਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਹੈ। ਤੁਸੀਂ ਵੇਖ ਸਕਦੇ ਹੋ, ਇਹ ਹਮੇਸ਼ਾ ਠੰਡਾ ਰਹਿੰਦਾ ਹੈ। ਇੱਥੇ ਇਹ ਜੋ ਬਰਫ਼ ਇਸ ਸਮੇਂ ਤੁਸੀਂ ਵੇਖ ਰਹੇ ਹੋ, ਇਸ ਬਰਫ਼ ਦੇ ਹੇਠਾਂ ਇੱਕ ਜਵਾਲਾਮੁਖੀ ਹੈ, ਅਤੇ ਉਹ ਜਵਾਲਾਮੁਖੀ ਕਿਸੇ ਵੀ ਸਮੇਂ ਫਟ ਸਕਦਾ ਹੈ। ਲੇਕਿਨ ਵੇਖਣ ਨੂੰ ਇਹ ਪਹਾੜ ਬਹੁਤ ਹੀ ਠੰਡਾ ਜਾਪਦਾ ਹੈ ਅਤੇ ਬਹੁਤ ਸੁੰਦਰ ਹੈ। ਇਸ ਦੇ ਅੰਦਰ ਬਹੁਤ ਅੱਗ ਅਤੇ ਗਰਮੀ ਹੈ, ਪਰ ਬਾਹਰੋਂ ਠੰਡਾ ਹੈ। ਠੀਕ ਹੈ, ਆਓ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਦੇ ਹਾਂ। ਯਸਾਇਆ ਦੀ ਪੁਸਤਕ 35 ਅਧਿਆਏ, ਉਸ ਦੀ ਪਹਿਲੀ ਆਇਤ, ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ ਬਾਗ ਹੋਵੇਗਾ ਅਤੇ ਨਰਗਸ ਵਾਂਗੂ ਖਿੜੇਗਾ। ਜਿਹੜਾ ਜੀਵਨ ਜੰਗਲ ਅਤੇ ਰੜੇ ਮੈਦਾਨ ਵਰਗਾ ਹੈ, ਖੁਸ਼ਹਾਲ ਬਣੇਗਾ। ਕੁਝ ਲੋਕ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ, ਉਹਨਾਂ ਤੋਂ ਮੈਂ ਸੁਣਿਆ ਹੈ, ਉਹ ਕਹਿੰਦੇ ਹਨ, ਬਸ ਹੁਣ ਮੇਰਾ ਜੀਵਨ ਖਤਮ ਹੋ ਚੁੱਕਿਆ ਹੈ। ਇਹ ਇੱਕ ਉਜਾੜ ਵਰਗਾ ਹੈ ਜਿੱਥੇ ਕੋਈ ਵੀ ਉਮੀਦ ਹੁਣ ਨਹੀਂ ਹੈ। ਸਭ ਕੁਝ ਖਤਮ ਹੋ ਗਿਆ, ਉਜਾੜ ਬਣ ਗਿਆ ਹੈ। ਮੇਰੀ ਜ਼ਿੰਦਗੀ 'ਚੋਂ ਸਾਰੀ ਆਸ ਖਤਮ ਹੋ ਚੁੱਕੀ ਹੈ। ਕੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਬਾਰੇ ਇਹੋ ਸੋਚ ਕੇ ਬੈਠੇ ਹੋਏ ਹੋ? ਤੁਹਾਡੀ ਸਾਰੀ ਆਸ ਖਤਮ ਹੋ ਗਈ ਹੈ, ਜ਼ਿੰਦਗੀ ਬਰਬਾਦ ਹੋ ਗਈ ਹੈ, ਹੁਣ ਕੋਈ ਰਾਹ ਨਜ਼ਰ ਨਹੀਂ ਆਉਂਦਾ ਹੈ। ਕੀ ਤੁਸੀਂ ਆਪਣੇ ਜੀਵਨ ਦੇ ਬਾਰੇ ਇਹੋ ਸੋਚ ਲਿਆ ਹੈ? ਲੇਕਿਨ ਪਰਮੇਸ਼ਰ ਦੇ ਕੋਲ ਇਸ ਤਰ੍ਹਾਂ ਦੀ ਤਾਕਤ ਹੈ ਕਿ ਜਿਹੜੀ ਜ਼ਿੰਦਗੀ ਤੁਸੀਂ ਕਹਿੰਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ, ਆਸ ਖਤਮ ਹੋ ਗਈ ਹੈ, ਜ਼ਿੰਦਗੀ ਖੰਡਰ ਬਣ ਚੁੱਕੀ ਹੈ, ਤਾਂ ਫਿਰ ਤੋਂ ਪਰਮੇਸ਼ਰ ਉਸਦਾ ਨਿਰਮਾਣ ਕਰ ਸਕਦਾ ਹੈ। ਪ੍ਰਭੂ ਅਸੰਭਵ ਨੂੰ ਸੰਭਵ ਬਣਾਵੇਗਾ। ਇੱਕ ਵਾਰ ਮੈਂ ਵਿਦੇਸ਼ ਗਿਆ ਹੋਇਆ ਸੀ ਅਤੇ ਇੱਕ ਭੈਣ ਆਪਣੀ ਜ਼ਿੰਦਗੀ ਦੇ ਬਾਰੇ ਗਵਾਹੀ ਦੱਸਣ ਲੱਗੀ। ਮੇਰਾ ਹੋਣ ਵਾਲਾ ਪਤੀ ਬਾਹਰ ਸੀ। ਮੇਰੇ ਮਾਤਾ ਪਿਤਾ ਨੇ ਸੋਚਿਆ ਕਿ ਇਸ ਘਰ ਵਾਲੇ ਸਾਡੀ ਬੇਟੀ ਨੂੰ ਵਧੀਆ ਰੱਖਣਗੇ, ਖੁਸ਼ ਰੱਖਣਗੇ। ਪਰ ਜਦੋਂ ਮੈਂ ਇੱਥੇ ਆਈ ਤਾਂ ਪਤਾ ਲੱਗਾ ਕਿ ਮੇਰੇ ਪਤੀ ਦੀ ਇੱਕ ਹੋਰ ਔਰਤ ਹੈ ਜੋ ਇਸੇ ਦੇਸ਼ ਦੇ ਵਿੱਚ ਰਹਿੰਦੀ ਹੈ। ਉਹ ਕਹਿੰਦਾ ਹੈ ਕਿ ਮੈਂ ਇਸੇ ਔਰਤ ਨਾਲ ਆਪਣੀ ਜ਼ਿੰਦਗੀ ਬਿਤਾਵਾਂਗਾ। ਮੈਂ ਸੋਚਿਆ ਕਿ 1-2 ਸਾਲ ਇਹ ਚੱਲੇਗਾ, ਪਰ ਹੁਣ 3-4 ਸਾਲ ਹੋ ਗਏ ਹਨ ਅਤੇ ਮੇਰਾ ਪਤੀ ਮੈਨੂੰ ਇਹ ਕਹਿੰਦਾ ਹੈ ਕਿ ਤੂੰ ਮੇਰਾ ਮਨ ਕਦੇ ਨਹੀਂ ਬਦਲ ਸਕਦੀ। ਫਿਰ ਉਸਨੇ ਮੈਨੂੰ ਤਲਾਕ ਦੇ ਦਿੱਤਾ। ਮੈਂ ਤਾਂ ਇਹ ਸੋਚਿਆ ਸੀ ਕਿ ਇੱਥੇ ਆ ਕੇ ਮੇਰੀ ਜ਼ਿੰਦਗੀ ਬਣ ਜਾਏਗੀ, ਪਰ ਇੱਥੇ ਆ ਕੇ ਮੇਰੀ ਜ਼ਿੰਦਗੀ ਦੀ ਆਸ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ, ਹੁਣ ਕੁਝ ਨਹੀਂ ਹੋ ਸਕਦਾ। ਮੈਂ ਪਰਮੇਸ਼ਰ ਦੇ ਵਚਨ 'ਚੋਂ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ, ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਖਤਮ ਹੋ ਚੁੱਕੀ ਹੈ, ਉਜਾੜ ਬਣ ਚੁੱਕੀ ਹੈ, ਉਮੀਦ ਨਹੀਂ ਰਹੀ,
ਲੇਕਿਨ ਪਰਮੇਸ਼ਰ ਇਸ ਉਜਾੜ ਜ਼ਿੰਦਗੀ ਨੂੰ ਫਿਰ ਤੋਂ ਹਰਾ ਭਰਾ ਕਰ ਸਕਦਾ ਹੈ। ਪਰ ਉਸ ਭੈਣ ਨੂੰ ਕੋਈ ਆਸ ਨਹੀਂ ਸੀ, ਕਿਉਂਕਿ ਉਹ ਇੱਕ ਟੁੱਟੀ ਹੋਈ ਆਸ ਦੇ ਨਾਲ ਇੱਥੇ ਆਈ ਸੀ ਅਤੇ ਉਸਦੀ ਜ਼ਿੰਦਗੀ ਬਿਲਕੁਲ ਖਤਮ ਹੋਣ ਦੀ ਕਗਾਰ 'ਤੇ ਸੀ। ਇਸ ਲਈ ਉਹ ਉਸ ਵਚਨ 'ਤੇ ਵਿਸ਼ਵਾਸ ਨਾ ਕਰ ਸਕੀ, ਬਹੁਤ ਉਦਾਸ ਹੋ ਗਈ। ਜਿਹੜੀ ਜ਼ਿੰਦਗੀ ਤੁਸੀਂ ਸੋਚ ਰਹੇ ਹੋ ਕਿ ਖਤਮ ਹੋ ਗਈ ਹੈ, ਪਰਮੇਸ਼ਰ ਆਪਣੇ ਇਸ ਵਚਨ ਦੇ ਦੁਆਰਾ ਤੁਹਾਡੀ ਉਸ ਖਤਮ ਹੋ ਚੁੱਕੀ ਜ਼ਿੰਦਗੀ ਨੂੰ ਨਵਾਂ ਕਰ ਸਕਦਾ ਹੈ, ਨਵੀਂ ਸ਼ੁਰੂਆਤ ਦੇ ਸਕਦਾ ਹੈ, ਮੈਂ ਕਿਹਾ। ਫਿਰ ਕੀ ਹੋਇਆ ਕਿ ਇੱਕ ਪਰਿਵਾਰ ਐਸਾ ਮਿਲਿਆ ਜਿਸ ਨੇ ਉਸਦੇ ਹਾਲਾਤਾਂ ਨੂੰ ਸਮਝ ਕੇ ਕਿਹਾ ਕਿ ਸਾਨੂੰ ਇਸੇ ਤਰ੍ਹਾਂ ਦੀ ਇੱਕ ਬੇਟੀ ਚਾਹੀਦੀ ਸੀ ਅਤੇ ਉਸਨੂੰ ਆਪਣੀ ਨੂੰਹ ਵਜੋਂ ਗ੍ਰਹਿਣ ਕਰ ਲਿਆ। ਉਸਦੀ ਜ਼ਿੰਦਗੀ ਬਦਲ ਗਈ ਅਤੇ ਅੱਜ ਉਸਦਾ ਪਤੀ ਹੈ, ਉਸਦੇ ਬੱਚੇ ਹਨ ਅਤੇ ਬਰਕਤ ਭਰਿਆ ਉਸਦਾ ਇੱਕ ਪਰਿਵਾਰ ਹੈ। ਉਸਨੇ ਇਹ ਸੋਚਿਆ ਸੀ ਕਿ ਸਭ ਖਤਮ ਹੋ ਗਿਆ, ਪਰ ਪਰਮੇਸ਼ਰ ਨੇ ਸਭ ਬਦਲ ਦਿੱਤਾ। ਕੀ ਤੁਸੀਂ ਵੀ ਇਹੋ ਸੋਚ ਰਹੇ ਹੋ ਕਿ ਮੇਰਾ ਪਰਿਵਾਰ, ਮੇਰਾ ਵਪਾਰ ਸਭ ਖਤਮ ਹੋ ਗਿਆ? ਜੇ ਇਹ ਸੋਚ ਰਹੇ ਹੋ ਤਾਂ ਪਰਮੇਸ਼ਰ ਸਭ ਕੁਝ ਬਦਲ ਸਕਦਾ ਹੈ। ਜੀ ਹਾਂ, ਜੇ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਇਹ ਕਹੋ, ਪ੍ਰਭੂ ਮੈਂ ਸਮਰਪਣ ਅਤੇ ਵਿਸ਼ਵਾਸ ਕਰਦਾ ਹਾਂ, ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਦੁਬਾਰਾ ਬਣਾ ਸਕਦਾ ਹੈ। ਹੇ ਪ੍ਰਭੂ, ਇਸੇ ਉਮੀਦ ਨਾਲ ਤੇਰੇ ਅੱਗੇ ਪ੍ਰਾਰਥਨਾ ਕਰ ਰਹੇ ਹਾਂ। ਪ੍ਰਭੂ, ਤੂੰ ਹੀ ਇਹਨਾਂ ਦੇ ਜੀਵਨ ਵਿੱਚ ਅਚਰਜ ਕੰਮ ਅਤੇ ਚਮਤਕਾਰ ਕਰ। ਯੇਸੂ ਦੇ ਨਾਂ ਵਿੱਚ ਆਮੀਨ, ਆਮੀਨ।